ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅਲੱਗ-ਅਲੱਗ ਜਗ੍ਹਾ ਤੋਂ 5 ਆਰੋਪੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਸੀਆਈਏ 1 ਦੀ ਟੀਮ ਨੇ ਵਿਧੀਪੁਰ ਫਾਟਕ ਦੇ ਕੋਲ ਕਾਰ ਵਿੱਚ ਸਵਾਰ ਪ੍ਰਿੰਸ ਬਾਬਾ ਗੈਂਗ ਦੇ ਮੁਖੀ ਪਰਮਜੀਤ ਸਿੰਘ, ਅਰਸ਼ਪ੍ਰੀਤ ਸਿੰਘ ਤੇ ਸੁਖਪ੍ਰੀਤ ਸਿੰਘ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਗ੍ਰਿਫਤਾਰ ਕਰ ਉਹਨਾਂ ਪਾਸੋਂ 1 ਪਿਸਤੌਲ, 32 ਬੋਰ, 4 ਜਿੰਦਾ ਕਾਰਤੂਸ, 1 ਮਰੂਤੀ ਕਾਰ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਰਾਮਾ ਮੰਡੀ ਨੇ ਵਿਰਕਾ ਮਿਲਕ ਪਲਾਂਟ ਟੀ ਪੁਆਇੰਟ ਦੇ ਕੋਲੋਂ 1 ਕਾਰ ਵਿੱਚ ਨਵਕੇਤਨ ਨਿਵਾਸੀ ਨਾਗਰਾ ਅਤੇ ਆਸ਼ੀਸ਼ ਸੰਧੂ ਨਿਵਾਸੀ ਨੰਦਨਪੁਰ ਨੂੰ ਮਰੂਤੀ ਕਾਰ ਅਤੇ ਲੁੱਟੇ ਹੋਏ ਓਪੋ ਮੋਬਾਈਲ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਇਹ ਸਾਰੇ ਆਰੋਪੀ ਬਾਬਾ ਗੈਂਗ ਨਾਲ ਸੰਬੰਧਿਤ ਹਨ ਅਤੇ ਇਸ ਗੈਂਗ ਵਿੱਚ 19 ਲੋਕ ਹੋਰ ਵੀ ਸ਼ਾਮਿਲ ਹਨ। ਆਰੋਪੀਆਂ ਉੱਪਰ ਅਲੱਗ ਅਲੱਗ ਥਾਣਿਆਂ ਵਿੱਚ ਮਾਮਲੇ ਦਰਜ ਹਨ, ਜਿਨ੍ਹਾਂ 'ਚ ਸ਼ਰੇਆਮ ਗੋਲੀਆਂ ਚਲਾਉਣ, ਲੁੱਟਖੋਹ ਅਤੇ ਲੜਾਈ ਝਗੜੇ ਦੇ ਮਾਮਲੇ ਸ਼ਾਮਿਲ ਹਨ। ਪੁਲਿਸ ਆਰੋਪੀਆਂ ਨਾਲ ਪੁੱਛਗਿੱਛ ਕਰ ਰਹੀ ਹੈ। ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਬਹੁਤ ਹੀ ਜਿਹੜਾ ਸ਼ਲਾਘਾਯੋਗ ਕੰਮ ਕੀਤਾ ਗਿਆ। ਸਾਡੇ ਸੀਆਈਏ ਦੇ ਇੰਚਾਰਜ ਹਰਵਿੰਦਰ ਸਿੰਘ ਨਾਲ ACP ਸੈਂਟਰਲ, ADCP ਇਨਵੈਸਟੀਗੇਸ਼ਨ, ਇਹਨਾਂ ਨੇ ਇੱਕ ਜੁਆਇੰਟ ਆਪਰੇਸ਼ਨ ਕਰਕੇ ਇੱਕ ਜਿਹੜਾ ਜਲੰਧਰ ਏਰੀਏ ਦੇ ਵਿੱਚ ਕਮਿਸ਼ਨਰੇਟ ਏਰੀਏ 'ਚ ਪਲੱਸ ਜਿਹੜਾ ਲੋਕਲ ਏਰੀਏ ਸਰਾਊਂਡਿੰਗ ਏਰੀਏ ਦੇ ਵਿੱਚ ਜਿਹੜਾ ਵਾਰਦਾਤਾਂ ਕਰਦੇ ਸੀਗੇ, ਉਹ ਕਰੀਬ ਅਸੀਂ ਜਿਹੜੇ 7 ਬੰਦੇ ਜਿਹੜੇ ਉਹਨਾਂ ਦੇ ਮੈਂਬਰਾਂ ਗੈਂਗ ਮੈਂਬਰਾਂ ਦੇ ਉਹਨਾਂ ਦੇ ਫੜ ਲਏ ਆ। 7 ਦੇ ਵਿੱਚੋਂ 2 ਅਸੀਂ ਪਹਿਲੇ ਫੜੇ ਸੀਗੇ, 5 ਜਿਹੜੇ ਅੱਜ ਹੁਣ ਫੜੇ ਆ। ਇਹਨਾਂ 20 ਬੰਦਿਆਂ ਨੇ ਕੁੱਲ ਮਿਲਾ ਕੇ ਜਿਹੜੀਆਂ 9 ਵਾਰਦਾਤਾਂ ਜਲੰਧਰ ਏਰੀਏ ਦੇ ਵਿੱਚ ਕੀਤੀਆਂ, 8 ਜਲੰਧਰ 'ਚ, 1 ਜਿਹੜੀ ਇਹਨਾਂ ਨੇ ਦਿਹਾਤੀ 'ਚ ਕੀਤੀ ਕਰਤਾਰਪੁਰ, ਜਿੱਥੇ ਨਾ ਕਿ ਇਨੋਵਾ ਗੱਡੀ ਖੋਈ ਸੀਗੀ। ਪਲੱਸ ਇਹਦੇ ਵਿੱਚ ਸਾਡਾ ਜਨਵਰੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸਾਡੀਆਂ ਹਾਈਵੇ ਰੋਬਰੀਜ਼ ਹੋਈਆਂ ਜਾਂ ਜਿਹੜੀਆਂ ਰੋਡ ਸਾਈਡ ਸਨੈਚਿੰਗ ਹੋਈਆਂ ਜਿਹਦੇ ਵਿੱਚ ਗਨ ਪੁਆਇੰਟ 'ਤੇ ਇਹਨਾਂ ਨੇ ਕੈਸ਼ ਲੁੱਟਿਆ ਜਾਂ ਤੇਜ਼ ਧਾਰ ਵੈਪਨ ਦਿਖਾ ਕੇ ਲੁੱਟਿਆ, ਉਹ ਅਸੀਂ ਸਾਰੀਆਂ ਹੀ ਜਿਹੜੀਆਂ ਸਾਡੀਆਂ ਟਰੇਸ ਹੋ ਗਈਆਂ ਜਿਹੜੀਆਂ। ਸੋ ਹੁਣ ਜਿਹੜੇ ਸਾਡੇ ਅਸੀਂ 7 ਮੈਂਬਰਾਂ ਦੇ ਫੜ ਲਏ, 13 ਮੈਂਬਰ ਜਿਹੜਾ ਇਹਨਾਂ ਦੇ ਅੱਜ ਤੱਕ ਅਬਸਕਾਊਂਡਿੰਗ ਨੇ, ਸਾਨੂੰ ਉਹਨਾਂ ਦਾ ਪੂਰਾ ਡਿਟੇਲ ਮਿਲ ਗਈ। ਅਸੀਂ ਉਹਨਾਂ ਦੇ ਵਿੱਚ ਪੁਲਿਸ ਪਾਰਟੀਆਂ ਬਣਾ ਕੇ ਉਹਨਾਂ ਨੂੰ ਉਹਨਾਂ ਦੇ ਪਿੱਛੇ ਉਹਨਾਂ ਨੂੰ ਫਾਲੋ ਕਰ ਰਹੇ ਹਾਂ। ਆਪਾਂ ਜਲਦੀ ਹੀ ਜਿਹੜਾ ਉਹ ਵੀ ਅਰੈਸਟ ਕਰ ਲਾਂਗੇ। ਇਹਨਾਂ ਤੋਂ ਜਿਹੜਾ ਵੈਪਨ ਓਫੈਂਸ ਸੀਗਾ ਜਿਹੜਾ ਪ੍ਰਿੰਸ ਬਾਬਾ ਸੀ, ਇਹ ਮੇਨ ਜਿਹੜਾ ਸਾਰੇ ਗਰੁੱਪ ਦਾ ਜਿਹੜਾ ਲੀਡਰ ਸੀਗਾ। ਇਹਦੇ ਕੋਲ ਇੱਕ ਅਸੀਂ 32 ਬੋਰ ਜਿਹੜਾ ਪਿਸਟਲ ਰਿਕਵਰ ਕੀਤਾ, ਨਾਲ 4 ਰੌਂਦ ਨੇ, ਪਲੱਸ ਜਿਹੜਾ ਇਹਨਾਂ ਦਿਲ ਖੁਸ਼ਾ ਮਾਰਕੀਟ ਦੇ ਵਿੱਚ ਜਿਹੜਾ ਦਾਤਰ ਯੂਜ਼ ਕੀਤਾ ਸੀਗਾ ਉਹ ਰਿਕਵਰ ਕੀਤਾ। ਇਸ ਤਰ੍ਹਾਂ ਕਰਕੇ ਜਿਹੜਾ ਸਾਡਾ ਜਿਹੜਾ ਹੋਰ ਜਿਹੜੇ 13 ਬੰਦੇ ਜਿਹੜੇ ਅਰੈਸਟ ਕਰਨ ਵਾਲੇ ਆ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਕੇ ਅਤੇ ਜਿਹੜਾ ਹੋ ਸਕਦਾ ਸਾਨੂੰ ਜਿਹੜਾ ਹੋਰ ਕੋਈ ਵੈਪਨ ਜਿਹੜਾ ਰਿਕਵਰ ਹੋ ਜੇ। ਵੇਖੋ, ਪਿਸਟਲ ਇਹਨਾਂ ਨੇ UP ਦੇ ਵਿੱਚੋਂ ਖਰੀਦਿਆ ਸੀਗਾ, 35,000 ਰੁਪਏ ਦਾ ਖਰੀਦਿਆ ਸੀਗਾ। ਸਰ ਹੋਰ ਵੀ ਇਹਨਾਂ ਕੋਲ ਹੈਗਾ ਬਕ? ਹੋਰ ਜਿਹੜੀ ਹੁਣ ਤੱਕ ਦੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਨਹੀਂ ਆਇਆ ਅੱਜ ਤੱਕ, ਲੇਕਿਨ ਆਪਾਂ ਇਹਨਾਂ ਤੋਂ ਜਿਹੜੀ ਸਸਟੇਨਡ ਇਨਵੈਸਟੀਗੇਸ਼ਨ ਆ ਉਹ ਸਾਡੀ ਚੱਲ ਰਹੀ ਹੈ। ਹੋ ਸਕਦਾ ਕੋਈ ਸਾਨੂੰ ਹੋਰ ਬ੍ਰੇਕ ਥਰੂ ਹੋ ਜਾਏ ਜੀ। ਸਰ ਲੁੱਟਖੋਹ ਦੇ ਵਿੱਚ ਜਿਹੜਾ ਸਮਾਨ ਹੁੰਦਾ ਸੀ ਕਿੱਥੇ ਸੇਲ ਕਰਦੇ ਸੀ, ਕੁਝ ਪਤਾ ਲੱਗਾ? ਵੇਖੋ, ਲੁੱਟਖੋਹ ਦਾ ਜ਼ਿਆਦਾਤਰ ਇਹਨਾਂ ਨੇ ਪੈਸੇ ਵਾਲੀਆਂ ਵਾਰਦਾਤਾਂ ਕੀਤੀਆਂ ਸੀਗਾ, ਉਹਦੇ ਵਿੱਚ ਪੈਸੇ ਇਹਨਾਂ ਨੇ ਡਿਸਟ੍ਰੀਬਿਊਟ ਕੀਤੇ ਆ। ਜਿਹੜੇ ਬੰਦਿਆਂ ਨੂੰ ਸਾਨੂੰ ਫਿਗਰ ਹੋ ਗਏ ਆ, ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ, ਜਲਦੀ ਅਸੀਂ ਉਹ ਵੀ ਜਿਹੜਾ ਅਨਰਥ ਕਰ ਦਾਂਗੇ। ਪਿਸਟਲ ਇਹ ਜੀ ਇਹ UP ਤੋਂ ਲਿਆਂਦੇ ਸੀ। ਇਹਨਾਂ ਦੀ 4 ਪਿਸਟਲ ਹੋਰ ਖਰੀਦਣ ਦੀ ਜਿਹੜੀ ਇਹਨਾਂ ਦੀ ਸੀਗੀ ਪਲਾਨ, ਵੀ ਇਹ ਖਰੀਦ ਕੇ ਆਪਾਂ ਫਿਰ ਆਪਾਂ ਇਹ ਵਾਰਦਾਤਾਂ ਕਰਿਆ ਕਰਾਂਗੇ। ਵੇਖੋ, ਹਲਦੀ ਘੜੀ ਨਹੀਂ ਆਇਆ, ਹੁਣ ਜਿਹੜੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ 'ਚ ਨਹੀਂ ਅਜੇ ਤੱਕ ਆਇਆ, ਲੇਕਿਨ ਆਪਾਂ ਇਹਨਾਂ ਦਾ ਰਿਮਾਂਡ 'ਤੇ ਆਪਾਂ ਇਹਨਾਂ ਨੂੰ ਪੁੱਛਗਿੱਛ ਕਰਾਂਗੇ। ਸਰ ਇਹਨਾਂ ਦਾ ਕੋਈ ਪਹਿਲੇ ਪਰਚੇ? ਪਹਿਲੇ ਇਹਨਾਂ 'ਤੇ ਹੈ ਪਰਚੇ, ਪਹਿਲੇ ਇਹਨਾਂ 'ਤੇ ਨਹੀਂ, ਉੱਧਰ ਕੋਈ ਨਹੀਂ ਆ। ਇਹਨਾਂ ਦਾ ਸਿਰਫ ਸਨੈਚਿੰਗ, ਹਾਈਵੇ ਰੋਬਰੀਸ, ਪਲੱਸ ਆ ਕਿਸੇ ਕੋ ਐਕਟਿਵਾ ਖੋਲਿਆ, ਕਿਸੇ ਕੋ ਆ ਕਰ ਲਿਆ, ਇਹੀ ਕੰਮ ਸੀਗਾ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।